ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਜੋ ਅੱਜ ਦਾ ਸਾਡਾ ਵਿਸ਼ਾ ਹੈ ਉਹ ਧਿਆਨ ਦੇ ਨਾਲ ਸੰਬੰਧਿਤ ਇੱਕ ਕਿਸੇ ਗ੍ਰੰਥ ਦੇ ਨਾਲ ਸੰਬੰਧਿਤ ਹੈ, ਜਿਸ ਵਿੱਚ ਧਿਆਨ ਦੀਆਂ ਅਲੱਗ ਅਲੱਗ ਵਿਧੀਆਂ ਦਾ ਵਰਣਨ ਕੀਤਾ ਗਿਆ ਹੈ। ਐਸਾ ਗ੍ਰੰਥ ਜੋ ਧਿਆਨ ਦੇ ਵਿਗਿਆਨ ਦੇ ਨਾਲ ਸੰਬੰਧਿਤ ਹੈ, ਐਸਾ ਸ਼ਸਤਰ ਜੋ ਮਨੁੱਖੀ ਚੇਤਨਾ ਦੇ ਜੋ ਮਾੜੀ ਸਥਿਤੀ ਹੈ ਉਸ ਨੂੰ ਠੀਕ ਕਰਨ ਦੇ ਨਾਲ ਸੰਬੰਧਿਤ ਹੈ, ਕਿਉਂਕਿ ਉਹ ਗ੍ਰੰਥ ਆਧੁਨਿਕ ਵੀ ਹੈ, ਪੁਰਾਤਨ ਵੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਉਹ ਆਪਣੇ ਆਪ ਦੇ ਵਿੱਚ ਆਧੁਨਿਕ ਹੀ ਰਹੇਗਾ। ਅੱਜ ਦਾ ਜੋ ਵਿਸ਼ਾ ਹੈ ਉਹ ਹੈ ਧਿਆਨ ਦਾ ਵਿਗਿਆਨ। ਵਿਗਿਆਨ ਭੈਰਵੀ ਤੰਤਰ ਗ੍ਰੰਥ ਦੇ ਨਾਲ ਸੰਬੰਧਿਤ ਅੱਜ ਅਸੀਂ ਤੁਹਾਡੇ ਨਾਲ ਵਿਚਾਰ ਕਰਾਂਗੇ। ਸੋ ਇਸ ਸੰਸਾਰ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਧਿਆਨ ਦੀਆਂ ਵਿਧੀਆਂ ਹਨ, ਅਲੱਗ ਅਲੱਗ ਸੰਪਰਦਾ, ਅਲੱਗ ਅਲੱਗ ਧਰਮਾਂ ਦੇ ਵਿੱਚ, ਅਲੱਗ ਅਲੱਗ ਧਰਮ ਗ੍ਰੰਥਾਂ ਦੇ ਵਿੱਚ ਧਿਆਨ ਦੀਆਂ ਅਲੱਗ ਅਲੱਗ ਵਿਧੀਆਂ ਦੱਸੀਆਂ ਗਈਆਂ ਹਨ। ਪਰ ਵਿਗਿਆਨ ਭੈਰਵੀ ਤੰਤਰ ਇੱਕ ਐਸਾ ਤੰਤਰ ਹੈ ਜੋ ਵਿਗਿਆਨ ਦੇ ਨਾਲ ਸੰਬੰਧਿਤ ਹੈ, ਧਿਆਨ ਦੇ ਨਾਲ ਸੰਬੰਧਿਤ ਹੈ, ਜਿਸ ਨੂੰ ਅਸੀਂ ਕਹਿ ਸਕਦੇ ਹਾਂ ਜੋ ਧਿਆਨ ਦਾ ਵਿਗਿਆਨ ਹੈ। ਵਿਗਿਆਨ ਭੈਰਵੀ ਤੰਤਰ ਇੱਕ ਆਪਣੇ ਆਪ ਦੇ ਵਿੱਚ ਐਸਾ ਤੰਤਰ ਹੈ ਜੋ ਪੂਰੀ ਤਰ੍ਹਾਂ ਵਿਗਿਆਨਿਕ ਹੈ। ਤੰਤਰ ਤੋਂ ਭਾਵ ਹੁੰਦਾ ਹੈ ਵਿਧੀਆਂ, ਵਿਗਿਆਨ ਤੋਂ ਭਾਵ ਹੁੰਦਾ ਹੈ ਖੋਜਾਂ, ਅਤੇ ਭੈਰਵੀ, ਭੈਰਵੀ ਮੀਨਸ ਮਾਂ ਪਾਰਵਤੀ ਅਤੇ ਭੈਰਵ ਮੀਨਸ ਭਗਵਾਨ ਸ਼ਿਵ। ਇਹ ਗ੍ਰੰਥ ਜੋ ਹੈ ਇਹ ਭਗਵਾਨ ਸ਼ਿਵ ਅਤੇ ਮਾਂ ਪਾਰਵਤੀ ਦੇ ਆਪਸੀ ਸੰਵਾਦ ਦੇ ਉੱਤੇ ਆਧਾਰਿਤ, ਆਪਸੀ ਗੱਲਬਾਤ ਦੇ ਉੱਤੇ ਆਧਾਰਿਤ ਹੈ, ਜਿਸ ਵਿੱਚ ਮਾਂ ਪਾਰਵਤੀ ਭਗਵਾਨ ਸ਼ਿਵ ਨੂੰ ਇਸ ਤੰਤਰ ਦੇ ਨਾਲ ਸੰਬੰਧਿਤ, ਧਿਆਨ ਦੇ ਨਾਲ ਸੰਬੰਧਿਤ ਅਲੱਗ ਅਲੱਗ ਸਵਾਲ ਕਰਦੇ ਹਨ ਅਤੇ ਇਹ ਜੋ ਸਵਾਲ ਜਵਾਬ ਦਾ ਜੋ ਸਿਲਸਿਲਾ ਹੈ ਉਹ 112 ਵਿਧੀਆਂ ਦੇ ਵਿੱਚ ਦਰਜ ਹੈ। ਅਸੀਂ ਜ਼ਿਆਦਾਤਰ ਜੋ ਵਿਧੀਆਂ ਕਰਦੇ ਹਾਂ ਉਹ ਸਾਨੂੰ ਸਿਖਾਈਆਂ ਜਾਂਦੀਆਂ ਸਿਰਫ ਸਵਾਸ ਦੇ ਨਾਲ, ਪਰ ਜੋ ਇਹ ਤੰਤਰ ਹੈ, ਇਹ ਗ੍ਰੰਥ ਹੈ, ਇਹ ਸਵਾਸ, ਗ੍ਰਹਿਸਥ ਜੀਵਨ, ਰੋਜ਼ਾਨਾ ਸਾਡੇ ਕੰਮ ਕਾਜ ਜਾਂ ਫਿਰ ਸਾਡੀ ਜੀਵਨ ਜਾਂਚ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਐਸੀਆਂ ਵਿਧੀਆਂ ਸਾਨੂੰ ਦੱਸਦਾ ਹੈ ਜਿਸ ਰਾਹੀਂ ਅਸੀਂ ਧਿਆਨ ਨੂੰ, ਸਮਾਧੀ ਨੂੰ ਪ੍ਰਾਪਤ ਹੋ ਸਕਦੇ ਹਾਂ। ਇੱਕ ਤੰਤਰ ਇੱਕ ਵਿਗਿਆਨਿਕ ਢਾਂਚਾ ਹੈ ਇਹ, ਜਿਸ ਦੇ ਰਾਹੀਂ ਅਸੀਂ ਆਪਣੇ ਆਪ ਨੂੰ ਉਸ ਪਰਮ ਪਿਤਾ ਪਰਮੇਸ਼ਵਰ ਦੇ ਦਰ 'ਤੇ ਪ੍ਰਵਾਨ ਕਰ ਸਕਦੇ ਹਾਂ, ਅਸੀਂ ਇੱਕ ਪਰਮਾਨੰਦ ਨੂੰ ਪ੍ਰਾਪਤ ਹੋ ਸਕਦੇ ਹਾਂ। ਐਸੇ ਵਿੱਚ ਅਸੀਂ ਅੱਜ ਜਾਣਾਂਗੇ ਭੈਰਵੀ ਵਿਗਿਆਨ ਤੰਤਰ ਕਿਸ ਤਰ੍ਹਾਂ ਦਾ ਇਹ ਤੰਤਰ ਹੈ। ਹਾਂਜੀ ਦੋਸਤੋ, ਜੋ ਭੈਰਵੀ ਵਿਗਿਆਨ ਤੰਤਰ ਹੈ ਉਹ ਧਿਆਨ ਦਾ ਤੰਤਰ ਹੈ, ਸਮਾਧੀ ਦਾ ਤੰਤਰ ਹੈ, ਜਿਸ ਵਿੱਚ 112 ਵਿਧੀਆਂ ਧਿਆਨ ਦੀ ਦੱਸੀਆਂ ਗਈਆਂ ਹਨ, ਜਿਹਦੇ ਵਿੱਚੋਂ ਪਹਿਲੀਆਂ 7 ਵਿਧੀਆਂ ਸਵਾਸਾਂ ਦੇ ਧਿਆਨ ਦੇ ਨਾਲ ਰਿਲੇਟਡ ਹਨ। ਬਾਕੀ ਵਿਧੀਆਂ ਜੋ ਹਨ ਉਹ ਅਲੱਗ ਅਲੱਗ ਸਾਡੇ ਅੰਗਾਂ ਦੇ ਨਾਲ, ਸਾਡੇ ਜੀਵਨ ਜਾਂਚ ਦੇ ਵਿੱਚ ਜੋ ਹਰ ਰੋਜ਼ ਅਸੀਂ ਘਟਨਾਵਾਂ ਵਾਪਰਦੀਆਂ ਹਨ ਸਾਡੇ ਜੀਵਨ ਦੇ ਵਿੱਚ, ਉਸ ਨਾਲ ਰਿਲੇਟਡ ਹਨ। ਜਿਉਂ ਜਿਉਂ ਅਸੀਂ ਇਸ ਤੰਤਰ ਨੂੰ ਪੜ੍ਹਦੇ ਜਾਂਦੇ ਹਨ ਨਿੱਤ ਨਵੀਆਂ ਪਰਤਾਂ ਖੁੱਲ੍ਹਦੀਆਂ ਜਾਂਦੀਆਂ ਹਨ। ਜਿਵੇਂ ਜਿਵੇਂ ਅਸੀਂ ਅਭਿਆਸ ਕਰਦੇ ਹਾਂ ਇਸ ਤੰਤਰ ਨੂੰ ਪੜ੍ਹਦੇ ਹਾਂ, ਇਸ ਸ਼ਾਸਤਰ ਨੂੰ ਪੜ੍ਹਦੇ ਹਾਂ, ਤਾਂ ਸਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਸ ਤਰ੍ਹਾਂ ਭਗਵਾਨ ਸ਼ਿਵ ਅਤੇ ਮਾਂ ਪਾਰਵਤੀ ਆਪ ਸਾਨੂੰ ਸਿਖਾ ਰਹੇ ਹੋਣ।
ਕਿਉਂਕਿ ਸਾਡੇ ਜਿੰਨੇ ਵੀ ਧਰਮ ਗੁਰੂ ਹਨ ਜਾਂ ਜਿੰਨੇ ਵੀ ਧਾਰਮਿਕ ਸੰਪਰਦਾਵਾਂ ਹਨ, ਉਹਨਾਂ ਨੇ ਜ਼ਿਆਦਾਤਰ ਸਾਨੂੰ ਧਿਆਨ ਦੀਆਂ ਵਿਧੀਆਂ ਉਹ ਸਵਾਸਾਂ ਦੇ ਨਾਲ ਸੰਬੰਧਿਤ ਹੀ ਦੱਸੀਆਂ ਹਨ। ਕੁੰਡਲੀ ਸ਼ਕਤੀ ਦੇ ਨਾਲ ਰਿਲੇਟਡ ਵੀ ਇਸ ਤੰਤਰ ਦੇ ਵਿੱਚ ਹੀ ਗਿਆਨ ਪ੍ਰਾਪਤ ਹੁੰਦਾ ਹੈ। ਹੁਣ ਕੁਝ ਲੋਕ ਕਹਿ ਦਿੰਦੇ ਹਨ ਕਿ ਕੁੰਡਲੀ ਸ਼ਕਤੀ ਜਗਾਉਣ ਦੇ ਲਈ ਬੰਦੇ ਦਾ ਗ੍ਰਹਿਸਥੀ ਹੋਣਾ ਨਹੀਂ ਚਾਹੀਦਾ, ਉਹ ਇਨਸਾਨ ਕਾਮ ਵਾਸਨਾ ਤੋਂ ਦੂਰ ਹੋਣਾ ਚਾਹੀਦਾ ਹੈ ਜਾਂ ਗ੍ਰਹਿਸਥੀ ਜੀਵਨ ਤੋਂ ਦੂਰ ਹੋਣਾ ਚਾਹੀਦਾ ਹੈ, ਉਸਦੀ ਕੁੰਡਲੀ ਸ਼ਕਤੀ ਐਕਟਿਵ ਨਹੀਂ ਹੁੰਦੀ। ਕੁਝ ਲੋਕ ਤਾਂ ਇਹ ਵੀ ਕਹਿ ਦਿੰਦੇ ਹਨ ਕਿ ਕੁੰਡਲੀ ਸ਼ਕਤੀ ਐਕਟਿਵ ਹੁੰਦੇ ਨਾਲ ਕਈ ਲੋਕਾਂ ਦੀ ਮੌਤ ਹੋ ਜਾਂਦੀ ਹੈ ਕਿਉਂਕਿ ਇਹ ਅੱਗ ਹੁੰਦੀ ਹੈ। ਬਿਲਕੁਲ ਗਲਤ ਹੈ। ਜਿਉਂ ਜਿਉਂ ਅਸੀਂ ਤੰਤਰ ਨੂੰ ਪੜ੍ਹਦੇ ਜਾਵਾਂਗੇ, ਸ਼ਸਤਰ ਨੂੰ ਪੜ੍ਹਦੇ ਜਾਵਾਂਗੇ, ਜੋ ਸਾਨੂੰ ਗਿਆਨ ਪ੍ਰਾਪਤ ਹੁੰਦਾ ਹੈ ਉਸ ਵਿੱਚ ਇਹੀ ਦੱਸਿਆ ਗਿਆ ਹੈ ਕਿ ਕਾਮ ਊਰਜਾ ਹੀ ਕੁੰਡਲੀ ਊਰਜਾ ਹੈ, ਕਾਮ ਊਰਜਾ ਹੀ ਕੁੰਡਲੀ ਊਰਜਾ ਹੈ। ਇਸ ਕਰਕੇ ਇਸ ਨੂੰ ਅਸੀਂ ਕਨਵਰਟ ਕਰਨਾ ਹੈ ਅਧਿਆਤਮਿਕ ਊਰਜਾ ਦੇ ਵਿੱਚ। ਕਾਮ ਊਰਜਾ ਨੂੰ ਜਿਉਂ ਹੀ ਅਸੀਂ ਅਧਿਆਤਮਿਕ ਊਰਜਾ ਵਿੱਚ ਕਨਵਰਟ ਕਰਾਂਗੇ, ਤਿਉਂ ਹੀ ਅਸੀਂ ਆਪਣੀ ਕੁੰਡਲੀਨੀ ਸ਼ਕਤੀ ਨੂੰ ਐਕਟਿਵ ਕਰ ਲਵਾਂਗੇ। ਬਸ ਇੰਨੀ ਕੀ ਗੱਲ ਹੈ ਕਿ ਕਾਮ ਊਰਜਾ ਦੇ ਨਾਲ ਕੋਈ ਮੌਤ ਹੁੰਦੀ ਹੈ? ਹਾਂ ਜ਼ਰੂਰ, ਸਮੇਂ ਦੇ ਨਾਲ ਇਨਸਾਨ ਬੁੱਢਾ ਹੋਣਾ ਸ਼ੁਰੂ ਹੋ ਜਾਂਦਾ ਹੈ, ਪਰ ਜਿਉਂ ਹੀ ਅਸੀਂ ਕਾਮ ਊਰਜਾ ਨੂੰ ਅਧਿਆਤਮਿਕ ਊਰਜਾ ਵਿੱਚ ਕਨਵਰਟ ਕਰਦੇ ਹਾਂ, ਤਿਉਂ ਤਿਉਂ ਹੀ ਅਸੀਂ ਜਵਾਨ ਹੋਣੇ ਸ਼ੁਰੂ ਹੋ ਜਾਂਦੇ ਹਾਂ। ਇਹੀ ਬਸ ਇਹ ਤੰਤਰ ਕਹਿੰਦਾ ਹੈ। ਇਸ ਵਿੱਚ 112 ਵਿਧੀਆਂ ਹਨ। ਇਸ ਨੂੰ ਪੜ੍ਹਾਂਗੇ, ਜਾਣਾਂਗੇ, ਸਮਝਾਂਗੇ, ਧਿਆਨ ਦੇ ਨਾਲ ਸੰਬੰਧਿਤ ਤੁਹਾਨੂੰ ਗਹਿਰਾਈਆਂ ਤੱਕ ਲੈ ਕੇ ਜਾਵਾਂਗੇ। ਅਸੀਂ ਪੜ੍ਹ ਰਹੇ ਹਾਂ, ਅਭਿਆਸ ਕਰ ਰਹੇ ਹਾਂ, ਅਸੀਂ ਤੁਹਾਨੂੰ ਵੀ ਅਭਿਆਸ ਕਰਵਾਵਾਂਗੇ। ਇਸ ਦੇ ਲਈ ਤੁਹਾਨੂੰ ਸਾਡੇ ਨਾਲ ਜੁੜਨਾ ਹੋਵੇਗਾ ਤਾਂ ਜੋ ਆਉਣ ਵਾਲੇ ਸਮਿਆਂ ਦੇ ਵਿੱਚ ਤੁਹਾਨੂੰ ਕੁੰਡਲੀਨੀ ਸ਼ਕਤੀ ਅਧਿਆਤਮਿਕ ਗਿਆਨ ਜਾਂ ਧਿਆਨ ਦੀ ਵਿਧੀਆਂ ਬਾਰੇ ਅਸੀਂ ਤੁਹਾਨੂੰ ਚਾਨਣਾ ਪਾ ਸਕੀਏ। ਇਹ ਸਾਰੀਆਂ ਵਿਧੀਆਂ ਆਪਾਂ ਨਹੀਂ ਕਰਨੀਆਂ, ਕੋਈ ਇੱਕ ਵਿਧੀ ਨੂੰ ਫੜ ਕੇ ਹੀ ਅਸੀਂ ਪਾਰ ਲੰਘਣਾ ਹੈਗਾ। ਸਾਰੀਆਂ ਵਿਧੀਆਂ ਕਰਨ ਬੈਠ ਗਏ ਤਾਂ ਅਸੀਂ ਕਿਸੇ ਵਿਧੀ ਦੇ ਵਿੱਚ ਆਪਦੇ ਆਪ ਨੂੰ ਪੂਰਨ ਨਹੀਂ ਕਰ ਪਾਵਾਂਗੇ। ਜਿਹੜੀ ਵਿਧੀ ਤੁਹਾਨੂੰ ਸੈੱਟ ਬੈਠੇ ਉਹੀ ਕਰਨੀ ਹੈ। ਇਹ ਸਿਰਫ 3 ਦਿਨ ਦਾ ਅਭਿਆਸ ਹੁੰਦਾ ਜੇ ਇੱਕ ਕਿਸੇ ਵਿਧੀ ਦੇ ਬਾਰੇ ਜਾਣਨ ਦੇ ਲਈ। ਉਸ ਅਭਿਆਸ ਤੋਂ ਬਾਅਦ ਅਗਲੀ ਵਿਧੀ ਨੂੰ ਹੀ ਫੜਨਾ ਹੈ ਜੇਕਰ ਪਹਿਲੀ ਵਿਧੀ ਤੁਹਾਨੂੰ ਸੈੱਟ ਨਹੀਂ ਬੈਠੀ। ਜੇਕਰ ਤੁਹਾਡੀ ਪਹਿਲੀ ਵਿਧੀ ਸੈੱਟ ਤੁਹਾਨੂੰ ਬਹਿ ਜਾਂਦੀ ਹੈ ਤਾਂ ਤੁਹਾਨੂੰ ਅਗਲੀ ਵਿਧੀ ਫੜਨ ਦੀ ਜ਼ਰੂਰਤ ਨਹੀਂ। ਬਸ ਇੰਨਾ ਕੁ ਹੀ ਇਹ ਤੰਤਰ ਕਹਿੰਦਾ ਹੈ। ਇਹ ਤੰਤਰ ਕਹਿੰਦਾ ਹੈ ਆਪਣੇ ਮਨ ਨੂੰ ਟਕਾ ਅਤੇ ਇੱਕ ਭਰੋਸੇ ਦੇ ਨਾਲ ਅੱਗੇ ਵੱਧ। ਸੋ ਅੱਜ ਦੇ ਲਈ ਇੰਨਾ ਹੀ। ਮੈਨੂੰ ਆਸ ਹੈ, ਮੈਨੂੰ ਭਰੋਸਾ ਹੈ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਬਹੁਤ ਚੰਗੀ ਲੱਗੀ ਹੋਵੇਗੀ। ਸਾਡੇ ਨਾਲ ਬਣੇ ਰਹੋ। ਧੰਨਵਾਦ।